ਖਤਾ ਹੋਇਆ ਮੇਰੇ ਨੇਜ਼ਾ ਨੂੰ ਇਸੇ ਤਰ੍ਹਾਂ ਸੁਸਰ ਕਰਦਾ ਰਹੇਗਾ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰੇ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮਿਹਰਬਾਨੀ ਫਰਮਾ ਕੇ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ ਤੇ ਅੱਛਾ ਜਿਹਾ ਕਮੈਂਟਸ ਵੀ ਕਰ ਦਿਓ। ਅੱਜ ਇੱਕ ਵਾਕਿਆ ਮੇਰੀ ਨਜ਼ਰ ਤੋਂ ਗੁਜ਼ਰਿਆ। ਮੈਂ ਸਰਚ ਕਰ ਰਿਹਾ ਸੀ ਯੂਟਿਊਬ ਤੇ ਤੇ ਇੱਕ ਵਾਕਿਆ ਮੇਰੀ ਨਜ਼ਰ ਤੋਂ ਗੁਜ਼ਰਿਆ ਕਿ ਆਸੀਆ ਔਰ ਚਕੋਰੀ ਦੀ ਇੱਕ ਸੈੱਟ ਦੇ ਉੱਤੇ ਲੜਾਈ ਹੋਈ। ਇਹ 1981 ਦੀ ਗੱਲ ਹੈ ਕਿ ਆਸੀਆ ਔਰ ਚਕੋਰੀ ਦੀ ਇੱਕ ਸੈੱਟ ਉੱਤੇ ਲੜਾਈ ਹੋਈ। ਨਾਸਰਉਦੀਨ ਨੇ ਉਸ ਫਿਲਮ ਦਾ ਸਕ੍ਰਿਪਟ ਲਿਖਿਆ ਸੀ ਔਰ ਉਹਨਾਂ ਨੇ ਇੱਕ ਐਸਾ ਜੁਮਲਾ ਲਿਖ ਦਿੱਤਾ ਜਿਹੜਾ ਕਿ ਆਸੀਆ ਨੇ ਚਕੋਰੀ ਨੂੰ ਕਹਿਣਾ ਸੀ। ਜਦੋਂ ਰਿਕਾਰਡਿੰਗ ਸ਼ੁਰੂ ਹੋਈ ਆਸੀਆ ਨੇ ਚਕੋਰੀ ਨੂੰ ਉਹ ਜੁਮਲਾ ਕਿਹਾ ਤੇ ਚਕੋਰੀ ਨੇ ਕਾਫੀ ਸਾਰਾ ਬੁਰਾ ਮਨਾਇਆ, ਕਿਉਂਕਿ ਉਹ ਜੁਮਲਾ ਐਸਾ ਸੀ ਕਿ ਆਸੀਆ ਨੇ ਚਕੋਰੀ ਨੂੰ ਕਹਿਣਾ ਸੀ ਦੁਰ ਦੁਰ। ਤੁਹਾਨੂੰ ਪਤਾ ਹੈ ਦੂਰ ਦੂਰ ਕਿਸ ਨੂੰ ਕਹਿੰਦੇ? ਉਹ ਲਿਖਣੇ ਵਾਲਾ ਲਿਖਦਾ ਕਿ ਨਾਸਰਉਦੀਨ ਨੇ ਇਹ ਜੁਮਲਾ ਲਿਖਿਆ ਸੀ ਔਰ ਡਾਇਰੈਕਟਰ ਨੇ ਇਸਨੂੰ ਫਿਲਮ ਬੰਦ ਕਰਨਾ ਸੀ, ਲੇਕਿਨ ਦੋਨਾਂ ਦੀ ਆਪਸੀ ਲੜਾਈ ਹੋ ਗਈ, ਰਿਕਾਰਡਿੰਗ ਬੰਦ ਹੋ ਗਈ ਔਰ 4 ਦਿਨ ਤੋਂ ਬਾਅਦ ਇਹ ਫਿਲਮ ਦੁਬਾਰਾ ਸਟਾਰਟ ਹੋਈ, ਕਿਉਂਕਿ ਸੁਲਤਾਨ ਰਹੀ ਔਰ ਯੂਸਫ ਖਾਨ ਨੇ ਬੀਚ ਬਚਾਓ ਕਰਾ ਕੇ ਉਹਨਾਂ ਨੂੰ ਸਮਝਾਇਆ ਕਿ ਇਹ ਜਿਹੜਾ ਜੁਮਲਾ ਹੈ ਇਹ ਫਿਲਮ ਦੀ ਡਿਮਾਂਡ ਹੈ, ਅਗਰ ਜੁਮਲੇ ਨੂੰ ਫਿਲਮ ਵਿੱਚੋਂ ਕੱਟ ਕੀਤਾ ਗਿਆ ਤਾਂ ਸੀਕੁਐਂਸ ਜਿਹੜਾ ਫਿਲਮ ਦਾ ਉਹ ਖਰਾਬ ਹੋ ਜਾਏਗਾ। ਇਹ ਮੈਂ ਨਹੀਂ ਕਹਿ ਰਿਹਾ, ਉਹ ਜਿਹੜਾ ਵਾਕਿਆ ਮੈਂ ਪੜ੍ਹਿਆ ਇਹ ਤੁਹਾਨੂੰ ਮੈਂ ਸੁਣਾ ਰਿਹਾ। ਖੈਰ ਇਸ ਵਾਕਿਆ ਤੋਂ ਬਾਅਦ ਜਦੋਂ ਇਹ ਵਾਕਿਆ ਮੈਂ ਉਸ ਯੂਟਿਊਬ 'ਤੇ ਵੇਖਿਆ ਅਤੇ ਮੈਂ ਦੁਬਾਰਾ ਸਰਚ ਕੀਤੀ ਔਰ ਵਹਿਸ਼ੀ ਗੁਜਰ ਨੂੰ ਟੁੰਡਿਆ। ਵਹਿਸ਼ੀ ਗੁਜਰ ਤੋਂ ਟੁੰਡਣ ਤੋਂ ਬਾਅਦ ਮੈਂ ਪੂਰੀ ਫਿਲਮ ਦੁਬਾਰਾ ਵੇਖੀ, ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਇਹ ਫਿਲਮ ਵੇਖ ਚੁੱਕਿਆ ਸੀ ਔਰ ਇਹ ਫਿਲਮ ਮੇਰੇ ਜ਼ਹਿਨ ਹੀ ਨਹੀਂ ਸੀ। ਮੈਂ ਕਿਹਾ ਦੁਬਾਰਾ ਰਿਵੀਜ਼ਨ ਕਰ ਲੈਂਦੇ ਹਾਂ, ਦੁਬਾਰਾ ਦੇਖ ਲੈਂਦੇ ਹਾਂ, ਹੋ ਸਕਦਾ ਮੈਂ ਵਾਕਿਆ ਭੁੱਲ ਗਿਆ ਵਾਂ ਜਾਂ ਜਮਨ ਔਰ ਚਕੋਰੀ ਦੀ ਜਿਹੜੀ ਅੱਛੀ ਐਕਟਿੰਗ ਉਹ ਮੈਂ ਨਾ ਦੇਖ ਸਕਿਆ ਵਾਂ। ਬਹਰਾਂ ਵਹਿਸ਼ੀ ਗੁਜਰ ਕੱਢੀ ਮੈਂ ਔਰ ਸੀਨ ਟੂ ਸੀਨ ਫਿਲਮ ਮੈਂ ਵੇਖੀ, ਲੇਕਿਨ ਮੈਨੂੰ ਬੜਾ ਹੀ ਅਫਸੋਸ ਹੋਇਆ ਕਿ ਪੂਰੀ ਫਿਲਮ ਦੇ ਦੌਰਾਨ ਆਸੀਆ ਔਰ ਚਕੋਰੀ ਇੱਕ ਦੂਜੇ ਦੇ ਆਮਲੇ ਸਾਹਮਣੇ ਨਹੀਂ ਆਇਆ। ਇਸ ਫਿਲਮ ਦੇ ਅੰਦਰ ਚਕੋਰੀ ਦੇ ਸਿਰਫ 2 ਮੁਜਰੇ ਸੀ ਜਿਹੜੇ ਜਿਹਨੇ ਵਿੱਚ ਚਕੋਰੀ ਨੇ ਪਰਫਾਰਮ ਕੀਤਾ ਸੀ। ਬਾਕੀ ਪੂਰੀ ਫਿਲਮ ਦੇ ਅੰਦਰ ਆਸੀਆ ਔਰ ਚਕੋਰੀ ਸਾਹਮਣੇ ਨਹੀਂ ਆਈ ਔਰ ਨਾ ਇਸ ਫਿਲਮ ਦੇ ਕਿਸੇ ਵੀ ਸੀਨ ਵਿੱਚ ਚਕੋਰੀ ਦਾ ਇੱਕ ਵੀ ਡਾਇਲੋਗ ਸੀ। ਦੇਖਣ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਕਿ ਸਿਰਫ ਵਿਊਜ਼ ਲੈਣ ਦੇ ਚੱਕਰ ਇਸ ਜਿਹੜਾ ਚੈਨਲ 'ਤੇ ਜਿਸ ਚੈਨਲ 'ਤੇ ਵੀਡੀਓ ਸੀ ਕਿ ਆਸੀਆ ਅਤੇ ਚਕੋਰੀ ਦੀ ਆਪਸ 'ਚ ਲੜਾਈ ਹੋਈ, ਰਿਕਾਰਡਿੰਗ ਰੋਕ ਦਿੱਤੀ ਗਈ ਅਤੇ ਮੈਨੂੰ ਪਤਾ ਚੱਲਿਆ ਕਿ ਇਹ ਵਾਕਿਆ ਝੂਠਾ ਹੈ। ਸਿਰਫ ਵਿਊਜ਼ ਲੈਣ ਦੇ ਚੱਕਰ 'ਚ ਉਸ ਬੰਦੇ ਨੇ ਇਹ ਵਾਕਿਆ ਆਪਣੇ ਕੋਲੋਂ ਘੜਿਆ ਤਾਂ ਕਿ ਲੋਕਾਂ ਕੋਲੋਂ ਉਹ ਵਿਊਜ਼ ਲੈ ਸਕੇ। ਅਤੇ ਮੈਂ ਕਾਫੀ ਤਲਾਸ਼ ਕੀਤੀ, ਮੈਨੂੰ ਇਹੋ ਜਿਹੀ ਕੋਈ ਗੱਲ ਨਜ਼ਰ ਨਹੀਂ ਆਈ। ਮੈਂ ਚਾਹੁੰਦਾ ਤਾਂ ਉਹਦਾ ਲਿੰਕ ਸ਼ੇਅਰ ਕਰ ਸਕਦਾ ਸਾਂ ਤੁਹਾਡੇ ਨਾਲ ਤਾਂ ਕਿ ਤੁਸੀਂ ਜਾ ਕੇ ਉਹ ਵੀਡੀਓ ਵੇਖੋ, ਲੇਕਿਨ ਤੁਸੀਂ ਵਹਿਸ਼ੀ ਗੁਜਰ ਜਾ ਕੇ ਵੇਖੋ। ਵਹਿਸ਼ੀ ਗੁਜਰ ਦੇ ਅੰਦਰ ਚਕੋਰੀ ਔਰ ਆਸੀਆ ਕਿਸੇ ਵੀ ਸੀਨ ਵਿੱਚ ਇੱਕ ਦੂਸਰੇ 'ਤੇ ਆਮਣੇ ਸਾਹਮਣੇ ਨਹੀਂ ਆਏ। ਨਾਜ਼ਰੀਨ, ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਜ਼ਬਰਦਸਤ ਕਮੈਂਟਸ ਕਰਕੇ ਮੇਰੀ ਹੌਸਲਾ ਅਫਜ਼ਾਈ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।